I'm gonna make it.
ਵੱਡਾ ਦਮਾਲਾ ਨਹੀਂ ਸਿਰ ਤੇ ਸਜਾਇਆ ਜਿੰਨਾ ਚਿਰ ਨਾਸਰ ਅਲੀ ਦਾ ਖਾਤਮਾ ਨਹੀਂ ਕੀਤਾ।
بابا نے چٹھی لکھی کانو بال دے جنگلاں وچ سنگھاں دے جتھے آئے بابا جی نال ہمیشہ پنج سنگھ رہندے ہوندے سی ہمیشہ بابا جی نال پنج سنگھ ہمیشہ رہندے ہوندے سی تے بابا نے چٹھی لکھی ہور فوجاں بلا لیاں تے ناصر علی نے گردوارا تھمب صاحب ساڑتا سی گرو ارجن دیو مہاراج دا جڑا کرتارپور صاحب چ نا تھمب صاحب گردوارا گرو ارجن دیو مہاراج جی دے سچے پاتشاہ جی نے انہاں والو گردوارا صاحب بنایا گیا تے او ਗੁਰੂ ਘਰ ਦੀ ਬੇਅਦ ਵੀ ਨਾਸਰ ਅਲੀ ਨੇ ਕਰਤੀ ਤੇ ਬਾਬਾ ਨੂੰ ਆ ਕੇ ਦੱਸਿਆ ਕਹਿੰਦੇ ਮਹਾਰਾਜ ਜੀ ਉਹਨੇ ਗੁਰੂ ਧਾਮ ਦੀ ਬੇਅਦ ਵੀ ਕਰਤੀ ਹੈ ਬਾਬਾ ਜੀ ਨੂੰ ਹੋਰ ਗੁੱਸਾ ਆ ਗਿਆ ਹੰਝੂਆਂ ਦੀ ਥਾਂ ਲਹੂ ਚੋਣ ਲੱਗ ਗਿਆ ਕਹਿੰਦੇ ਹੁਣ ਨਹੀਂ ਛੱਡਣਾ ਇਹਨੂੰ ਤੇ ਪਿਆਰੇ ਫਿਰ ਮਹਾਰਾਜ ਜੀ ਸਿੰਘਾਂ ਨੇ ਜਥੇ ਨਾਲ ਫਿਰ ਪਿਆਰਿਓ ਜੰਗ ਲੜੀ ਨਾਸਰ ਅਲੀ ਨਾਲ ਇਹ ਫੇਕ ਨੇ ਪਿਆਰਿਓ ਕੋਈ ਉਹਨਾਂ ਨੇ ਜੰਤਰ ਥੋੜੀ ਪੜੇ ਸੀ ਕੋਈ ਅੰਮ੍ਰਿਤਧਾਰੀ ਯੋਧਾ ਕੋਈ ਇਹ ਕੰਮ ਕਰੇਗਾ ਆਖੋ ਸਤਨਾਮ ਵਾਹਿਗੁਰੂ ਜੀ ਕੋਈ ਇਹ ਥੋੜੀ ਕਰਨਗੇ ਪਿਆਰਿਓ ਮਹਾਰਾਜ ਜੀ ਨੇ ਆਲੇ ਦੁਆਲੇ ਲਕੀਰ ਖਿੱਚ ਲਈ ਪਾਠ ਕੀਤਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਭਾਉ ਨਾ ਲਗਈ ਪਾਰ ਬ੍ਰਹਮ ਸ਼ਰਨਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿੰਨੀ ਬਣਤ ਬਣਾਈ ਰਾਮ ਨਾਮ ਅਵਖਤ ਦੀਆਂ ਏਕਾ ਨਿਮਲਾਈ ਹਾਉ ਰਾਖ ਲੀਏ ਤਿੰਨ ਰੱਖਣ ਹਾਰ ਸਭ ਵਿਆਹ ਹਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਇਹ ਪਾਠ ਕਰਕੇ ਬਾਬਾ ਜੀ ਬਹਿ ਗਏ ਨਾਮ ਜਪਦੇ ਨੇ ਇੱਕ ਤੋਤਾ ਸੀ ਬਾਬਾ ਜੀ ਕੋਲ ਗੰਗਾ ਸੀ ਉਹਦਾ ਨਾਮ ਬਾਬਾ ਜੀ ਨਾਮ ਜਪਦੇ ਕਹਿੰਦੇ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਪੋ ਮਹਾਂਪੁਰਖ ਧੰਨ ਧੰਨ ਬਾਬਾ ਪੂਰਨ ਸਿੰਘ ਜੀ ਕਾਹਲੀ ਵਾਲੇ ਮਹਾਂਪੁਰਖ ਪਿਆਰਿਓ ਬਾਬਾ ਜੀ ਨੇ ਇੱਕ ਬੀਬੀ ਆ ਗਈ ਮਹਾਂਪੁਰਖਾਂ ਕੋਲ ਬਾਬਾ ਜੀ ਹੋਲੀ ਜਿਉਂ ਬਣਦੇ ਸੀ ਤੇ ਬਾਬਾ ਜੀ ਨੂੰ ਆ ਕੇ ਪੁੱਛਦੇ ਉਹ ਬੀਬੀ ਜਸਵੰਤ ਕੌਰ ਸੀ ਉਹਦਾ ਨਾਮ ਆਪਣੇ ਦਿਓਰ ਦੇ ਨਾਲ ਆਈ ਤੇ ਬਾਬਾ ਜੀ ਨੂੰ ਆ ਕੇ ਪੁੱਛਦੇ ਬਾਬਾ ਜੀ ਫਿਰ ਕਹਿੰਦੇ ਆ ਜਾਣ ਦੇ ਘੰਟੇ ਨੂੰ ਆ ਜਾਣ ਆਉਣ ਨਾਲ ਦੋ ਘੰਟੇ ਨਾਲ ਕਹਿੰਦੇ ਬਹਿਰੋ ਵੇਟ ਕਰ ਲਓ ਚਾਰ ਪੰਜ ਸਰੀਰ ਬੈਠੇ ਸੀਗੇ ਇਹਨਾਂ ਨੂੰ ਮਹਾਂਪੁਰਖ ਆ ਗਏ ਮੈਂ ਪਹਿਲਾਂ ਵੀ ਅਰਜੀ ਕੀਤੀ ਚੋਲੇ ਦਾ ਨਾਮ ਸੰਤ ਨਹੀਂ ਹੈ ਬਾਬਾ ਜੀ ਦੇ ਸਿਰ ਤੇ ਇੰਨੀਆਂ ਜੜਾਵਾਂ ਸੀਗੀਆਂ ਬਾਬਾ ਜੀ ਪੱਗ ਬੰਨਦੇ ਸੀ ਜੜਾਵਾਂ ਪਤਾ ਹੀ ਨਹੀਂ ਲੱਗਦੇ ਹੁੰਦੇ ਸਿਰ ਤੇ ਆ ਕੇ ਕਿਹੜੀ ਆਖੋ ਸਤਿ ਸ੍ਰੀ ਵਾਹਿਗੁਰੂ ਜੀ ਮਹਾਂਪੁਰਖ ਆ ਗਏ ਬੀਬੀ ਦਾ ਦੇਵਰ ਦੇਵਰ ਨਾਲ ਆਇਆ ਸੀ ਦੇਵਰ ਉਹਦੇ ਮਨ ਤੋਂ ਸ਼ੰਕਾ ਆ ਗਿਆ ਬਾਬਾ ਜੀ ਅੰਦਰ ਚਲੇ ਗਏ ਤੂੰ ਆਪਣੀ ਭਰਜਾਈ ਨੂੰ ਕਹਿੰਦਾ ਕਹਿੰਦਾ ਭੈਣ ਜੀ ਭਰਜਾਈ ਜੀ ਇਹ ਛੋਟਾ ਜਿਹਾ ਨੂੰ ਸਾਰੇ ਮੱਥੇ ਟੇਕੇ ਜਾਂਦੇ ਆ ਬਾਬਾ ਜੀ ਆਪਣਾ ਸਤਿ ਸ੍ਰੀ ਵਾਹਿਗੁਰੂ ਜੀ ਛੋਟੇ ਜਿਹੇ ਨੂੰ ਸਾਰੇ ਮੱਥਾ ਟੇਕ ਰਹੇ ਆ ਬਾਬਾ ਜੀ ਚਲੇ ਗਏ ਨੇ ਬਾਬਾ ਜੀ ਨੂੰ ਨਹੀਂ ਪਤਾ ਜਦੋਂ ਮਹਾਂਪੁਰਖ ਆਸਣ ਤੇ ਬੈਠੇ ਨਾ ਬਾਬਾ ਜੀ ਇੱਦਾਂ ਗੋਡਿਆਂ ਦੇ ਨਾਲੇ ਹੱਥ ਮਾਰਦੇ ਕਹਿੰਦੇ ਮੈਂ ਤੇ ਬੜਾ ਛੋਟਾ ਮੇਰਾ ਭਾਣਾ ਹੋਣਾ ਬੜਾ ਵੱਡਾ ਆਖੋ ਸਤਿ ਸ੍ਰੀ ਵਾਹਿਗੁਰੂ ਮੇਰਾ ਭਾਣਾ ਮੇਰੇ ਬਹੁਤ ਵੱਡੇ ਆ ਉਹ ਝੁਕ ਗਿਆ ਬਾਬਾ ਜੀ ਅੱਗੇ ਕਹਿੰਦੇ ਮਹਾਂਪੁਰਖਾਂ ਨੂੰ ਕਿੱਦਾਂ ਪਤਾ ਕਹਿੰਦੇ ਸਾਧੂ ਤਾਂ ਜਾਣੀ ਜਾਣ ਦਿੱਤੀ ਆਖੋ ਸਤਿ ਸ੍ਰੀ ਵਾਹਿਗੁਰੂ ਉਹ ਬਿਨਾਂ ਬੋਲਿਆ ਰਮਜ ਪਛਾਣਦੇ ਹੁੰਦੇ ਮਹਾਂਪੁਰਖ ਜਿਹੜੇ ਹੁੰਦੇ ਆ ਨਾ ਉਹ ਤੇ ਭਾਈ ਵੇਖ ਕੇ ਦੱਸ ਦਿੰਦੇ ਭਾਈ ਜਿਹੜੇ ਸਾਧੂ ਹੁੰਦੇ ਆ ਜਿਹੜੇ ਕਮਾਈ ਵਾਲੇ ਹੁੰਦੇ ਆ ਉਹ ਨਹੀਂ ਕਿਸੇ ਨੂੰ ਪਹਿਲੀ ਗੱਲ ਜਨਾਉਂਦੇ ਨਹੀਂ ਹੁੰਦੇ ਕਿਸੇ ਨੂੰ ਇਹ ਦੱਸ ਜਿਹੜੇ ਦੱਸਦੇ ਨੇ ਉਹ ਵੱਸਦੇ ਨਹੀਂ ਹੁੰਦੇ ਜਿਹੜੇ ਵੱਸਦੇ ਨੇ ਕਿਸੇ ਨੂੰ ਦੱਸਦੇ ਨੱਸਦੇ ਜਿਹੜੇ ਰੱਬ ਕੋਲ ਵੱਸਦੇ ਹੁੰਦੇ ਜਿਨ੍ਹਾਂ ਦੇ ਨੇੜੇ ਮਹਾਰਾਜ ਜੀ ਹੁੰਦੇ ਉਹਨੂੰ ਕਿਸੇ ਨੂੰ ਦੱਸਦੇ ਉਹ ਹਮੇਸ਼ਾ ਗੁਪਤ ਰਹਿੰਦੇ ਗੁਰਪ੍ਰਸਾਦੀ ਪਰ ਦੁਨੀਆ ਉਹਨਾਂ ਨੂੰ ਲੱਭ ਲੈਂਦੀ ਹੈ ਦੁਨੀਆ ਉਹਨਾਂ ਨੂੰ ਦੂਰੋਂ ਆ ਕੇ ਲੱਭ ਲੈਂਦੀ ਹੈ ਵੀ ਕੋਈ ਸਾਧੂ ਬੈਠਾ ਭਲਾ ਕਰ ਦੋ ਬਸ ਮੇਰਾ ਭਲਾ ਹੋ ਜਾਏਗਾ ਮੇਰੇ ਘਰ 'ਚ ਬਰਕਤਾਂ ਪੈ ਜਾਣਗੀਆਂ ਮੈਂ ਇਹਨਾਂ ਮਹਾਂਪੁਰਖਾਂ ਦੀ ਸੰਗਤ ਕਰਨਾ ਪਿਆਰੇ ਬਾਬਾ ਜੀ ਅੱਗੇ ਮੱਥਾ ਟੇਕਿਆ ਝੁੱਕ ਗਿਆ ਕਹਿੰਦਾ ਮਹਾਰਾਜ ਜੀ ਮਾਫ ਕਰੋ ਮੇਰੇ ਘਰ ਦਾ ਭਲਾ ਕਰ ਦਿਓ ਪਿਆਰੇ ਫਿਰ ਮਹਾਂਪੁਰਖਾਂ ਨੇ ਕਿਰਪਾ ਕੀਤੀ ਗੁਰੂ ਗੁਰੂ ਕਰਿਆ ਕਰ ਭਾਈ ਨਾਮ ਜਪਿਆ ਕਰ ਜਪਜੀ ਸਾਹਿਬ ਚਪਈ ਸਾਹਿਬ ਦੇ ਪਾਠ ਕਰਿਆ ਕਰ ਆਪੇ ਬਾਬਾ ਜੀ ਮਿਹਰ ਕਰ ਜਦੋਂ ਕਿਸੇ ਕੋਲ ਜੇ ਕਿਸੇ ਦਾ ਕੰਮ ਹੋ ਵੀ ਜਾਣਾ ਤੇ ਬਾਬਾ ਜੀ ਨੂੰ ਆ ਕੇ ਸੰਗਤਾਂ ਨੇ ਕਹਿੰਦਾ ਬਾਬਾ ਜੀ ਤੁਹਾਡੀ ਕਿਰਪਾ ਨਾਲ
بابا نے کہا میری نہیں بابا دی کرپا ہوئی اپ کو ساتھ نہ شری واہ او میری نہیں ہوئی اے بابا دی کرپا ہوئی پیارے او جیڑا کو ماں پر کوئی اے نہیں کہے گا میں کیتا ہے او کہے گا بھائی بابا ہی نے کیتا ہے میں کون ہاں اسی تے چھوڑی اڈ کے کھڑے ہوں دے کول نوکر ہاں ارج پچاتی ہے کرپا کرنی ہوندے ہن دیکھو دکھیاں اندر ارداس پیارے ہو کسے رشتہ دار کول جاؤ گے جے گھر چ کوئی بھڑی بیماری آ جائے کینسر ورگی کسے رشتہ دار گھر جاؤ گے او تانوں ایک رات نہیں رکھے گا او نہ اینوں بھیج دے گھر اینوں کینسر ہے جے کسے سادھو کول جائے گا کسے مہاپرو کول جائے گا اونوں کہے گا نا مہاراج جی اینوں دکھ ہے تے آ چل تینوں میں گرو صاحب کول چل تیری ارداس کردے ہاں کینسر دی اکھ ستنام شری واہ گرو جی او کمائی والے پیارے ہو اپنے تے دکھاں نہ ہندے نے گرو صاحب ارداس ہوئے گی حکم نامے ہونے کے گرو جی حکم کر دے پھر سارے نے جانا گرو صاحب جان گے پھر سارے بابا جی میر پیر سچے پاتشاہ رحمت کرن کل فروزپور دیوان بابا پیل سنگھ جی مہاپرخ نے فروزپور والے انہوں نے استھان سے پھر رات کو اپنے استھان سے امبالے جس طرح چلو چل رہی مہاراج صاحب کرپا کرنا بابا جی میر کر سوڈی سلطان رحم کر سیوادار کہتے وہ اللہ دے اتارنا مٹک مچا مٹک مچا سانو لوڑ نہیں تختاں دا سانو لوڑ نہیں تختاں دا لکھ سب کے تو اپنی سب کے تو اپنی Yeah.
Wow.